ਸਾਤਸਰੀਏ ਕਾਲ ਤੁਸੀਂ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਪੋਲਿਟੀਕਲ ਐਕਸਪਰਟ ਸਰਦਾਰ ਸਤਨਾਮ ਸਿੰਘ ਸੰਧੂ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਹਰ ਬਾਰੇ ਗੱਲ ਹੁੰਦੀ ਹੈ ਕਿ ਜਦੋਂ ਵੀ ਸਰਕਾਰਾਂ ਬਦਲਦੀਆਂ ਨੇ ਉਹ ਆਪ ਕੋ ਆਪਣਾ ਇੱਕ ਅਜੰਡਾ ਲੈ ਕੇ ਆਉਂਦੀਆਂ ਉਹ ਅਜੰਡਾ ਸਿਰਫ ਆਪਣੇ ਰਾਜ ਦੀ ਸਥਾਪਤੀ ਤੱਕ ਸੀਮਤ ਹੁੰਦਾ ਜਾਂ ਫਿਰ ਉਹਦੇ ਵਿੱਚ ਕੋਈ ਵਿਕਾਸ ਦੀ ਗੱਲ ਹੁੰਦੀ ਹੈ ਕੈਪਟਨ ਸਾਹਿਬ ਆਏ ਤਾਂ ਕੈਪਟਨ ਸਾਹਿਬ ਨੇ ਕਿਹਾ ਕਿ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ ਲੋਕਾਂ ਨੇ ਬਣਾਤੀ ਸਰਕਾਰ ਉਸ ਤੋਂ ਪਹਿਲਾਂ ਅਕਾਲੀ ਦਲ 10 ਸਾਲ ਰਿਹਾ ਉਹਨਾਂ ਨੇ ਕਿਹਾ ਕਿ ਰਾਜ ਨਹੀਂ ਸੇਵਾ ਲੋਕਾਂ ਨੇ ਉਹਨਾਂ ਦੀ ਵੀ ਸਰਕਾਰ ਬਣਾਈ ਹੁਣ ਅੱਗੋਂ ਜਿਹੜਾ ਉਹ ਪੰਜਾਬ ਚਾਹੁੰਦਾ ਕੀ ਆਖਿਰਕਾਰ ਪੰਜਾਬ ਦੇ ਵਿੱਚ ਵਿਕਾਸ ਦਾ ਮਾਡਲ ਕਿਦਾਂ ਦਾ ਹੋਣਾ ਚਾਹੀਦਾ ਬਜਾਏ ਇਸ ਦੇ ਗੱਲਾਂ ਹੁੰਦੀਆਂ ਕਿ ਕਿਸੇ ਨੂੰ ਅਸੀਂ ਆਟਾ ਦਾਲ ਦੇ ਦੇਾਂਗੇ ਕਿਸੇ ਨੂੰ ਅਸੀਂ ਮੁਫਤ ਬਿਜਲੀ ਦੇ ਦੇਾਂਗੇ ਕਿਸੇ ਨੂੰ ਸਬਸਿਡੀ ਦੇ ਦੇਾਂਗੇ ਹਰ ਖੇਤਰ ਦੇ ਵਿੱਚ ਇਹੀ ਗੱਲ ਹੁੰਦੀ ਹੈ ਕਿ ਇੰਨੇ ਕ ਨਾਲ ਇਹਨਾਂ ਦਾ ਸਾਰ ਦੋ ਇਹਦੇ ਉੱਤੇ ਗੱਲ ਕਰਾਂਗੇ ਕਿ ਆਖਿਰਕਾਰ ਪੰਜਾਬ ਦਾ ਵਿਕਾਸ ਮਾਡਲ ਕਿਦਾਂ ਦਾ ਹੋਣਾ ਚਾਹੀਦਾ ਸਾਨੂੰ ਸਭ ਸਵਾਗਤ ਹੈ ਤੁਹਾਡਾ ਸਸਿਕਾ ਸੰਧੂ ਸਾਹਿਬ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵਿਕਾਸ ਮਾਡਲ ਜਿਹੜਾ ਪੰਜਾਬ ਨੂੰ ਮੁੜ ਤੋਂ ਪੈਰਾਂ ਸਿਰ ਕਰਦੇ ਪੰਜਾਬ ਤਾਂ ਕਿ ਕਰਜ਼ਾ ਮੁਕਤ ਹੋ ਕੇ ਪੰਜਾਬ ਜਿਹੜਾ ਉਹ ਖੁਸ਼ਹਾਲ ਹੋ ਸਕੇ ਦੇਖੋ ਏਜੰਡਾ ਕਿਸ ਤਰ੍ਹਾਂ ਦਾ ਹੋਵੇ ਇਹ ਬਹੁਤ ਗੁੰਝਲਦਾਰ ਸਵਾਲ ਹੈ ਕਿਉਂਕਿ ਆਮ ਤੌਰ ਤੇ ਪਾਰਟੀਆਂ ਬੜਾ ਲੰਮਾ ਚੌੜਾ ਮੈਨੀਫੈਸਟੋ ਤਿਆਰ ਕਰਦੀਆਂ ਉਹਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਛਾਪ ਕੇ ਪਬਲਿਕ ਦੇ ਵਿੱਚ ਵੰਡਦੀਆਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮਸਲਾ ਰਾਜ ਦਾ ਐਸਾ ਕਈ ਵਾਰੀ ਬਾਹਰ ਰਹਿ ਜਾਂਦਾ ਜਿਹੜਾ ਉਸ ਏਜੰਡੇ ਦਾ 파ਰਟ ਨਾ ਹੋਵੇ ਜਾਂ ਮੈਨੀਫੈਸਟੋ ਦਾ 파ਰਟ ਨਾ ਹੋਵੇ ਪਰੰਤੂ ਅਲਟੀਮੇਟਲੀ ਕੀ ਹੁੰਦਾ ਹੈ ਕਿ ਲੰਬੇ ਸਮੇਂ ਤੋਂ ਦੇਖਣ ਵਿੱਚ ਇਹ ਆਇਆ ਹੈ ਕਿ ਬਹੁਤ ਵੱਡੇ ਵੱਡੇ ਦਾਅਵੇ ਵਾਦੇ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਦੀਆਂ ਗੱਲਾਂ ਕਰਦੇ ਜੇ ਮਾਫੀ ਦੀਆਂ ਲੋਕਾਂ ਨੂੰ ਘਰ ਘਰ ਰਜਗਾਰ ਦੇਣ ਦੀਆਂ ਗੱਲਾਂ ਪੰਜਾਬ ਦੇ ਵਿੱਚ ਦੁੱਧ ਦੀਆਂ ਨਦੀਆਂ ਵਹਾਉਣ ਦੀਆਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਪਾਣੀ ਵਾਲੀਆਂ ਬੱਸਾਂ ਚਲਾਉਣ ਦੀਆਂ ਮੇਰਾ ਨਹੀਂ خیال ਕੋਈ ਐਸਾ ਵਾਅਦਾ ਹੋਊਗਾ ਜਿਹੜਾ ਕਦੇ ਨਾ ਕਦੇ ਕਿਸੇ ਨਾ ਕਿਸੇ ਦਲ ਦੇ ਮੈਨੀਫੈਸਟੋ ਦਾ ਹਿੱਸਾ ਨਾ ਬਣਿਆ ਹੋਵੇ ਹੁਣ ਮੁਸ਼ਕਲ ਇੱਥੇ ਆ ਗਈ ਹੈ ਕਿ ਕੀ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਅਦੇ ਵਾਕਈ ਪੰਜਾਬ ਦੇ ਜਿਹੜਾ ਮੂਲ ਸਮੱਸਿਆਵਾਂ ਹੈ ਉਹਨਾਂ ਨੂੰ ਸਮਝਣ ਦੇ ਵਿੱਚ ਉਹਨਾਂ ਨੂੰ ਸੁਲਝਾਉਣ ਦੇ ਵਿੱਚ ਜਾਂ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਉਹ ਰਾਜਨੀਤਿਕ ਦਲ ਸੀਰੀਅਸ ਹੁੰਦੇ ਐ ਇਸ ਤੇ ਨੈਸ਼ਨਲ ਪੱਧਰ ਤੇ ਬੜੀ ਵੱਡੀ ਡਿਬੇਟ ਚੱਲੀ ਐ ਕਿ ਕਿਉਂ ਨਾ ਜਿਹੜਾ ਰਾਜਨੀਤਿਕ ਪਾਰਟੀ ਦਾ ਮੈਨੀਫੈਸਟੋ ਹੁੰਦਾ ਉਸ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ਕਿਉਂਕਿ ਉਹ ਉਹੀ ਵਾਅਦਾ ਕਰਨ ਜਿਹੜਾ ਪੂਰਾ ਕੀਤਾ ਜਾ ਸਕੇ ਪਿਛਲੇ ਦਿਨਾਂ ਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਰਾਜਨੀਤਿਕ ਪਾਰਟੀਆਂ ਨੇ ਗੁਟਕਾ ਸਾਭ ਸੌਖਾ ਕੇ ਕੁਝ ਸਾਡੇ ਨੇਤਾਵਾਂ ਨੇ ਕੁਝ ਨੇਤਾਵਾਂ ਨੇ ਵੱਡੇ ਵੱਡੇ ਵਾਅਦੇ ਕਰਕੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਰਾਜ ਦੇ ਵਿੱਚ ਤਾਕਤ ਹਾਸਲ ਕੀਤੀ ਨੋ ਡਾਊਟ ਕਿ ਭਾਵੇਂ ਉਹਨਾਂ ਨੇਤਾਵਾਂ ਦੀ ਇਹ ਸਾਰਾ ਕੁਝ ਹੱਲ ਕਰਨ ਦੀ ਮਨਸ਼ਾ ਵੀ ਹੋਵੇ ਪਰ ਕਈ ਵਾਰੀ ਰਾਜ ਦੀ ਆਰਥਿਕ ਹਾਲਤ ਐਸੀ ਹੁੰਦੀ ਹੈ ਕਿ ਉਹ ਉਹਨਾਂ ਨੂੰ ਬਹੁਤ ਕੁਝ ਕਰਨ ਲਈ ਨਾ ਕਰਨ ਲਈ ਰਾਦਰ ਮਜਬੂਰ ਕਰ ਦਿੰਦੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਜਿਹੜੇ ਪ੍ਰਮੁੱਖ ਏਜੰਡੇ ਹੈ ਜਾਂ ਜਿਹੜੇ ਪ੍ਰਮੁੱਖ ਮੁੱਦੇ ਹੈ ਉਹ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਵਾਤਾਵਰਣ ਦਾ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਖੇਤੀ ਦਾ ਮਸਲਾ ਖੇਤੀ ਦੀ ਜਿੰਸ ਦਾ ਮਸਲਾ ਪੰਜਾਬ ਦੀਆਂ ਮੰਡੀਆਂ ਦਾ ਕਿਸਾਨੀ ਦਾ ਮਸਲਾ ਬੇਰਜਗਾਰੀ ਦਾ ਮਸਲਾ ਅਧਿਆਪਕਾਂ ਦਾ ਮਸਲਾ ਯੂਨੀਵਰਸਿਟੀਆਂ ਦਾ ਮਸਲਾ ਸਾਡੀ ਬਿਜਲੀ ਦਾ ਮਸਲਾ ਸਾਡੀ ਸੜਕ ਇਨਫਰਾਸਟ੍ਰਕਚਰ ਦਾ ਮਸਲਾ ਜਵਾਨੀ ਦੇ ਬਾਹਰ ਜਾਣ ਦਾ ਮਸਲਾ ਅਨੇਕ ਇਹੋ ਜਿਹੇ ਮੁੱਦੇ ਐ ਸਿਹਤ ਸੇਵਾਵਾਂ ਦਾ ਮਸਲਾ ਜਿਹੜੇ ਲਗਾਤਾਰ ਪੰਜਾਬ ਦੇ ਵਿੱਚ ਜ਼ਿਆਰਾ ਤੌਰ ਤੇ ਸਾਹਮਣੇ ਆ ਰਹੇ ਐ ਪਰ ਅਫਸੋਸ ਦੀ ਗੱਲ ਇਹ ਕਿ ਕੋਈ ਵੀ ਰਾਜਨੀਤਿਕ ਪਾਰਟੀ ਇਨ੍ਹਾਂ ਵੱਲ ਸਿੱਧੇ ਤੌਰ ਤੇ ਮੂੰਹ ਕਰਨ ਦੀ ਬਜਾਏ ਛੋਟੇ ਲੋਕ ਲਭਾਉਣੇ ਤੇ ਮਾਰਕੀਟਿੰਗ ਕਰਨ ਵਾਲੇ ਤਰੀਕੇ ਨਾਲ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਵੇਚਣ ਵਾਲੇ ਕਹਿੰਦੇ ਆ ਕਿ ਅਸੀਂ ਵਾਸ਼ਿੰਗ ਮਸ਼ੀਨ ਦੇ ਨਾਲ 5 ਕਿਲੋ ਡਿਟਰਜੈਂਟ ਫ੍ਰੀ ਦੇਵਾਂਗੇ ਉਦਾਂ ਦੀ ਰਾਜਨੀਤੀ ਕਰਨ ਦੇ ਵਿੱਚ ਇੰਟਰਸਟਡ ਹੈ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਬੱਸਾਂ ਦੇ ਵਿੱਚ ਸਫ਼ਰ ਮੁਫ਼ਤ ਦੇਵਾਂਗੇ ਅਸੀਂ 300 ਯੂਨਿਟ ਬਿਜਲੀ ਮੁਫ਼ਤ ਦੇਵਾਂਗੇ ਅਸੀਂ ਚੁੰਗੀ ਮਾਫ਼ ਕਰਾਂਗੇ ਫਲਾ 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 ਇੰਨੀਆਂ ਚੀਜ਼ਾਂ ਮਾਫ਼ ਕਰਾਂਗੇ ਕਹਿਣ ਤੋਂ ਮਤਲਬ ਇਹ ਹੈ ਕਿ ਜਦੋਂ ਕਿ ਰਾਜਨੀਤਿਕ ਦਲਾਂ ਦਾ ਏਜੰਡਾ ਬੁਨਿਆਦੀ ਤੌਰ ਤੇ ਹੋਣਾ ਇਹ ਚਾਹੀਦਾ ਹੈ ਕਿ ਆਉਣ ਵਾਲੇ 25 ਸਾਲਾਂ 'ਚ ਪੰਜਾਬ ਦਾ ਭਵਿੱਖ ਕੀ ਹੋਊਗਾ ਆਉਣ ਵਾਲੇ 25 ਸਾਲਾਂ 'ਚ ਪੰਜਾਬ ਦੀਆਂ ਮੁਸ਼ਕਲਾਂ ਕੀ ਹੋਣਗੀਆਂ ਆਉਣ ਵਾਲੇ 25 ਸਾਲਾਂ ਜਾਂ 50 ਸਾਲਾਂ ਵਿੱਚ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪਊਗੀ ਸਾਡੀ ਫਾਰਵਰਡ ਪਲਾਨਿੰਗ ਕਿਸ ਕਿਸਮ ਦੀ ਹੋਵੇ ਸਾਡੇ ਕੀ ਹੈ ਕਿ ਅਸੀਂ ਲੌਂਗ ਰਨ ਪਲੈਨਿੰਗ ਨਾ ਕਰਨ ਕਰਕੇ ਝੋਨੇ ਦੇ ਫਸਲੀ ਚੱਕਰ ਨੇ ਸਾਡਾ ਧਰਤੀ ਹੇਠਲਾ ਪਾਣੀ ਖਰਾਬ ਕਰਤਾ ਅੱਜ ਤੋਂ 40 ਸਾਲ ਪਹਿਲਾਂ ਜਿਹੜਾ ਪਾਣੀ ਮੁਫਤ ਦੇ ਵਿੱਚ ਹਰ ਨਦੀ ਨਾਲੇ ਦੇ ਵਿੱਚੋਂ ਪੀਣ ਯੋਗ ਸੀ ਅੱਜ ਉਹ ਸਾਰਾ ਪਾਣੀ ਜ਼ਹਿਰ ਬਣਿਆ ਪਿਆ ਪੰਜਾਬ ਦੀਆਂ ਸਬਜ਼ੀਆਂ ਪੰਜਾਬ ਦੀਆਂ ਫਸਲਾਂ ਖਾਣ ਯੋਗ ਨਹੀਂ ਰਹੀਆਂ ਇਸ ਕਰਕੇ ਇਸ ਕਿਸਮ ਦੇ ਹਾਲਾਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਆ ਉਹ ਬਹੁਤ ਵਿਹਾਰਕ ਹੋਣੇ ਚਾਹੀਦੇ ਆ ਲੋਕਾਂ ਨਾਲ ਜੁੜੇ ਹੋਣੇ ਚਾਹੀਦੇ ਆ ਨਾ ਕਿ ਉਹ ਕੱਲੀ ਮੈਨੀਫੈਸਟੋ ਦੇ ਦੀ ਟਾਈਟਲ ਵੈਲਿਊ ਬਣਾਉਣ ਵਾਲੇ ਹੋਣੇ ਚਾਹੀਦੇ ਆ ਬਿਲਕੁਲ ਸੰਧੂ ਸਾਹਿਬ ਫੌਰੀ ਤੌਰ ਦੇ ਉੱਤੇ ਜੇ ਆਪਾਂ ਮੰਨੀਏ ਕਿ ਸਰਕਾਰ ਨੇ ਸੱਤਾ ਵਿੱਚ ਆਉਣਾ ਤਾਂ ਲੋਕਾਂ ਨੂੰ ਕਿਹੋ ਜੀ ਡਿਮਾਂਡ ਮਤਲਬ ਕਿ ਜਿਵੇਂ ਹੁਣ ਤੁਸੀਂ ਕਿਹਾ ਕਿ ਪੰਜਾਬ ਚ ਹੋਰ ਬਹੁਤ ਮਸਲੇ ਨੇ ਬਜਾਏ ਇਸ ਦੇ ਕਿ ਤੁਸੀਂ ਮੁਫਤ ਕੋਰੀ ਵਾਲ ਲੋਕਾਂ ਨੂੰ ਲਾਓ ਕੋਈ ਇਹੋ ਜਿਹੀ ਫੌਰੀ ਤੌਰ ਦੇ ਉੱਤੇ ਮਸਲੇ ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਪਾਣੀ ਦਾ ਮਸਲਾ ਬੁੱਢਾ ਨਾਲਾ ਜਦ ਉਹ ਜਿਸ ਤਰ੍ਹਾਂ ਉਹਦਾ ਗੰਦਲਾ ਪਾਣੀ ਹੈ ਜ ਕਾਲੀ ਬੇਈ ਨੂੰ ਲੈ ਕੇ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਫੈਕਟਰੀਆਂ ਪਾਣੀ ਛੱਡਦੀਆਂ ਨੇ ਉਹਨਾਂ ਚ ਜ਼ਹਿਰੀਲਾ ਪਾਣੀ ਹੋ ਰਿਹਾ ਹੈ ਬਿਮਾਰੀਆਂ ਕੈਂਸਰ ਵਗੈਰਾ ਉਹਨਾਂ ਫੈਕਟਰੀਆਂ ਦੇ ਉਹਨਾਂ ਪਾਣੀ ਦੇ ਵਿੱਚੋਂ ਫੈਲ ਰਿਹਾ ਜਿਹੜਾ ਸਾਡੀ ਰੋਜ਼ ਦੀ ਰੋਜ਼ ਦੀ ਜਿਹੜੀ ਜ਼ਰੂਰਤ ਹੈ ਉਧਰਲੇ ਪਾਸੇ ਕੀ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਕੋਈ ਇਹੋ ਜਿਹਾ ਏਜੰਡਾ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਕਿ ਅਸੀਂ ਤੁਹਾਨੂੰ ਇਹ ਸਾਫ ਸਫਾਈ ਕਰਕੇ ਦੇ ਆਗੇ ਦੇਖੋ ਗੱਲ ਇਹ ਹੈ ਕਿ ਜਿਹੜਾ ਸਾਰੇ ਮਸਲੇ ਆ ਇਹ ਜਾਂ ਜਿਹੜੇ ਸਾਰੇ ਮੁੱਦੇ ਪੰਜਾਬ ਨਾਲ ਜੁੜੇ ਹੋਏ ਆ ਉਹਨਾਂ ਨੂੰ ਪੂਰਾ ਕਰਨ ਲਈ ਹੱਲ ਕਰਨ ਲਈ ਧਨ ਦੀ ਜ਼ਰੂਰਤ ਹੁੰਦੀ ਹੈ ਅੱਜ ਦੀ ਸਥਿਤੀ ਇਹ ਹੈ ਕਿ ਸਾਡਾ 95 ਲੱਖ ਕਰੋੜ ਦੇ ਕਰੀਬ ਜਿਹੜਾ ਸਾਡਾ ਬਜਟ ਹੈ ਸਾਡੇ ਬਜਟ ਦਾ ਤਕਰੀਬਨ 50% ਹੈ ਜਿਹੜਾ ਉਹ ਕਰਜੇ ਦੇ ਵਿੱਚ ਹੀ ਚਲਾ ਜਾਂਦਾ ਉਹਨੂੰ ਵਾਪਸ ਕਰਨ ਦੇ ਵਿੱਚ ਤਾਂ ਹਾਲਾਤ ਇਹ ਬਣ ਜਾਂਦੇ ਆ ਕਿ ਜਿੰਨਾ ਸਾਡਾ ਜੇ ਅੱਧਾ ਬਜਟ ਸਾਡਾ ਕਰਜ਼ਾ ਵਾਪਸੀ ਦੇ ਵਿੱਚ ਚਲਾ ਗਿਆ ਜਿਹੜਾ ਬਚਿਆ ਉਹਦੇ ਨਾਲ ਅਸੀਂ ਕਿੰਨੀ ਕੁ ਡਿਵੈਲਪਮੈਂਟ ਕਰ ਸਕਦੇ ਆ ਜਦੋਂ ਵੀ ਕਿਤੇ ਕੋਈ ਮੰਗ ਆਉਂਦੀ ਹੈ ਤਾਂ ਉਦੋਂ ਕਿਹਾ ਜਾਂਦਾ ਕਿ ਸਾਡਾ ਖਜ਼ਾਨਾ ਖਾਲੀ ਹੈ ਸੁਭਾਵਿਕ ਹੈ ਕਿ ਜੇ ਤੁਹਾਡੇ ਕੋਲੇ ਧਨ ਨਹੀਂ ਹੋਊਗਾ ਤਾਂ ਹਾਲਾਤ ਇਹ ਬਣਨਗੇ ਦੂਸਰੀ ਵੱਡੀ ਮਹਾਰ ਇਹ ਪਈ ਹੈ ਕਿ ਹੌਲੀ-ਹੌਲੀ ਕੇਂਦਰ ਸਰਕਾਰਾਂ ਨੇ ਰਾਜਾਂ ਦੀਆਂ ਤਾਕਤਾਂ ਦਾ ਕੇਂਦਰੀਕਰਨ ਕਰ ਲਿਆ ਜਿਹੜਾ ਟੋਟਲ ਟੈਕਸ ਹੈ ਜੀਐਸਟੀ ਦੇ ਨਾਂ ਤੇ ਪਹਿਲਾ ਕੇਂਦਰ ਕੋਲ ਚਲਾ ਜਾਂਦਾ ਫਿਰ ਜਿਸ ਰਾਜ ਦੇ ਵਿੱਚ ਕੇਂਦਰ ਦੀ ਮਨਪਾਉਂਦੀ ਜਾਂ ਉਹਦੇ ਰਾਜਨੀਤਿਕ ਦਲ ਦੀ ਸਰਕਾਰ ਨਹੀਂ ਉਹਨਾਂ ਨੂੰ ਸਮੇਂ ਸਿਰ ਬਣਦੀ ਪੂੰਜੀ ਹੈ ਜਿਹੜੀ ਵਾਪਸ ਨਹੀਂ ਭੇਜੀ ਜਾਂਦੀ ਹੁਣ ਆਪਾਂ ਗੱਲ ਕਰੀਏ ਕਿ ਪ੍ਰਮੁੱਖ ਏਜੰਡੇ ਕਿਹੜੇ-ਕਿਹੜੇ ਆ ਪ੍ਰਮੁੱਖ ਏਜੰਡੇ ਇਹ ਹੈ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਖੇਤੀ ਪੰਜਾਬ ਦੀ ਐਜੂਕੇਸ਼ਨ ਪੰਜਾਬ ਦੀ ਸਿਹਤ ਪੰਜਾਬ ਦਾ ਇਨਫਰਾਸਟ੍ਰਕਚਰ ਇਹ ਪ੍ਰਮੁੱਖ ਮੁੱਦੇ ਆ ਜਿਹੜੇ ਹਰ ਸਰਕਾਰ ਦਾ ਬੁਨਿਆਦੀ ਕੰਮ ਹੁੰਦੇ ਆ ਮੋٹے ਤੌਰ ਦੇ ਤੇ ਜੇ ਆਪਾਂ ਸਾਰਿਆਂ ਦੇ ਉੱਤੇ ਥੋੜੀ ਥੋੜੀ ਗੱਲ ਕਰੀਏ ਤਾਂ ਇੰਡਸਟਰੀ ਕਿਦਾਂ ਪੈਰਾਸਰ ਹੋ ਸਕੀ ਹਾਂ ਇੰਡਸਟਰੀ ਦੀ ਜਿਹੜੀ ਗੱਲ ਪੈਰਾਸਰ ਕਰਨ ਦੀ ਹੈ ਉਹ ਇਹ ਹੈ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਲੋਹੇ ਦੀ ਇੰਡਸਟਰੀ ਹੈ ਜਿਹੜੀ ਉਹ ਮੰਡੀ ਗੋਵਿੰਦਗੜ੍ਹ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੀ ਅੱਗੇ ਸਾਡੇ ਕੋਲੇ ਇੰਡਸਟਰੀ ਦੇ ਵਿੱਚ ਲੁਧਿਆਣੇ ਵਿੱਚ ਜਾਂ ਜਲੰਧਰ ਦੇ ਵਿੱਚ ਹੌਜਰੀ ਦਾ ਤੇ ਹੋਰ ਛੋਟੇ-ਛੋਟੇ ਜਿਹੜੇ ਸਾਡੇ ਕਾਰਖਾਨੇ ਲੱਗੇ ਹੋਏ ਸੀ ਉਹ ਤਕਰੀਬਨ ਤਕਰੀਬਨ ਬੰਦ ਹੋਣ ਦੀ ਕगार ਤੇ ਆ ਗਿਆ ਹੈ ਉਹਦੇ ਵਿੱਚ ਦੋ ਵੱਡੇ ਕਾਰਨ ਆ ਇੱਕ ਅੰਦਰੂਨੀ ਕਾਰਨ ਹੈ ਤੇ ਦੂਸਰੇ ਬਾਹਰੀ ਕਾਰਨ ਹੈ ਜਿਹੜੇ ਅੰਦਰੂਨੀ ਕਾਰਨ ਹੈ ਉਹ ਤਾਂ ਇਹ ਹੈ ਕਿ ਸਾਡਾ ਇਨਫਰਾਸਟ੍ਰਕਚਰ ਪ੍ਰੋਪਰ ਨਹੀਂ ਬਣਿਆ ਸਾਡੇ ਹਾਲਾਤ ਠੀਕ ਨਹੀਂ ਰਹੇ ਉਹਦੇ ਕਰਕੇ ਇਸ ਨੂੰ ਅਸੀਂ ਫੌਰੀ ਤੌਰ ਤੇ ਅੰਦਰੂਨੀ ਕਾਰਨ ਕਹਿ ਸਕਦੇ ਹਾਂ ਜਾਂ ਅਸੀਂ ਟਾਈਮ ਸਿਰ ਉਹਨਾਂ ਨੂੰ ਬਿਜਲੀ ਦੀ ਸਪਲਾਈ ਹੋਰ ਸਹੂਲਤਾਂ ਮਹੱਈਆ ਨਹੀਂ ਕਰਾ ਸਕੇ ਬਾਹਰੀ ਕਾਰਨ ਇਹ ਹੈ ਕਿ ਗਲੋਬਲ ਮਾਰਕੀਟ ਜਿਹੜੇ ਦੇ ਵਿੱਚ ਚైనా ਨੇ ਟੈਕਨੋਲੋਜੀਕਲੀ ਆਪਣੀ ਐਨੀ ਹੈਜਮਨੀ ਬਣਾ ਲਈ ਕਿ ਉਹਨਾਂ ਨੇ ਨਾ ਸਿਰਫ ਇੰਡੀਆ ਪੰਜਾਬ ਬਲਕਿ ਵਿਸ਼ਵ ਭਰ ਦੇ ਵਿੱਚ ਜਿਹੜੀਆਂ ਛੋਟੀਆਂ ਇੰਡਸਟਰੀਜ਼ ਆ ਉਹਨਾਂ ਨੂੰ ਕਬਜ਼ੇ ਚ ਕਰ ਲਿਆ ਆਪਣੇ ਜੀ ਉਹ ਬੜਾ ਸਸਤਾ ਸਮਾਨ ਇੱਥੇ ਦੇ ਰਹੀਆਂ ਹੁਣ ਪੈਰਾਸਰ ਕਰਨ ਦੀ ਗੱਲ ਪਿੱਛੇ ਜੇ ਮੇਕ ਇਨ ਇੰਡੀਆ ਦਾ ਕਨਸੈਪਟ ਆ ਸਾਡੇ ਪ੍ਰਧਾਨ ਮੰਤਰੀ ਨੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਸੀ ਜਿਹੜਾ ਮੇਕ ਇਨ ਇੰਡੀਆ ਦਾ ਕਨਸੈਪਟ ਆ ਸ਼ੁਰੂਆਤ ਦੇ ਵਿੱਚ ਬੜਾ ਚੰਗਾ ਸੀ ਪਰੰਤੂ ਗਰਾਊਂਡ ਲੈਵਲ ਦੇ ਉੱਪਰ ਉਹ ਵੀ ਜਿਹੜੀ ਬੁਲੇਟ ਟ੍ਰੇਨ ਚਲਾਉਣ ਵਾਂਗੂ ਕਿਤੇ ਨਾ ਕਿ ਦੇ ਮਿਸ ਫੈਰੀ ਹੋ ਗਿਆ ਉਸ ਦੀ ਗਰਾਊਂਡ ਦੇ ਉੱਪਰ ਬਹੁਤ ਵੱਡੀ ਕੋਈ ਆਪਾਂ ਇਹ ਕਹਿੰਦੀਏ ਕਿ ਉਹਦੀ ਲੱਭਤ ਸਾਨੂੰ ਦਿਖਾਈ ਨਹੀਂ ਦਿੰਦੀ ਮੇਰਾ ਨਹੀਂ ਖਿਆਲ ਕਿ ਪਿਛਲੇ 15 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜੇ ਅਸੀਂ ਆਪਣੇ ਸੂਬੇ ਦੀ ਗੱਲ ਕਰੀਏ ਕੋਈ ਬਹੁਤ ਵੱਡੀ ਇੰਡਸਟਰੀ ਲੱਗੀ ਹੋਊਗੀ ਜੇ ਲੱਗੇ ਆ ਤਾਂ ਸਿਰਫ 4-5 ਸਾਡੇ ਕੋਲੇ ਬਿਜਲੀ ਦੇ ਪਲਾਂਟ ਲੱਗੇ ਆ ਜਿਹੜੇ ਵੀ ਵੱਖ-ਵੱਖ ਤਰ੍ਹਾਂ ਨਾਲ ਅੰਡਰ ਕੁਐਸਚਨ ਹੈ ਇਸ ਕਰਕੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਫੌਰੀ ਧਿਆਨ ਦੇਣ ਦੀ ਲੋੜ ਹੈ ਜਿਹੜੀਆਂ ਸਰਕਾਰਾਂ ਇਹ ਨਹੀਂ ਹੈ ਕਿ ਉਹਨਾਂ ਨੂੰ ਮੁੱਦਿਆਂ ਦਾ ਪਤਾ ਨਹੀਂ ਹੈ ਉਹਨਾਂ ਨੂੰ ਪਾਣੀਆਂ ਬਾਰੇ ਉਦੀ ਵਾਟਰ ਰੀਚਾਰਜਿੰਗ ਕਿਵੇਂ ਹੋ ਸਕਦੀ ਹੈ ਸਾਡੀ ਜਿਹੜੀ ਫਸਲਾਂ ਉਹਨਾਂ ਦੀ ਪ੍ਰੋਸੈਸਿੰਗ ਪ੍ਰੋਪਰ ਕਿਵੇਂ ਹੋ ਸਕਦੀ ਹੈ ਸਾਡੀਆਂ ਵੈਜੀਟੇਬਲਸ ਆ ਜਿਹੜੀਆਂ ਉਹਨਾਂ ਨੂੰ ਕਿਵੇਂ ਪ੍ਰੀਜ਼ਰਵ ਕੀਤਾ ਜਾ ਸਕਦਾ ਹੈ ਇਸੇ ਤਰੀਕੇ ਨਾਲ ਜਿਹੜੇ ਸਾਡੇ ਬਾਹਰ ਜਾਣ ਵਾਲੇ ਲੋਕ ਹੈ ਉਹਨਾਂ ਦੀ ਟੈਕਨੀਕਲ ਨੌਲੇਜ ਤੇ ਟੈਕਨੀਕਲ ਸਕਿੱਲ ਕਿਵੇਂ ਅਪਗ੍ਰੇਡ ਹੋ ਸਕਦੀ ਹੈ ਇਹ ਸਾਰੀਆਂ ਗੱਲਾਂ ਸਾਡੀ ਸਿਹਤ ਸਹੂਲਤਾਂ ਕਿਵੇਂ ਸਾਡੇ ਸਰਕਾਰੀ ਹਸਪਤਾਲ ਆ ਜਿਹੜੇ ਉਹ ਬਿਹਤਰ ਹੋ ਸਕਦੇ ਆ ਕਿਸ ਤਰ੍ਹਾਂ ਹੋ ਸਕਦੇ ਨੇ ਤੁਹਾਡਾ ਕੀ ਮੰਨਣਾ ਸਿਹਤ ਸਹੂਲਤਾਂ ਤੇ ਐਜੂਕੇਸ਼ਨ ਦੋਵੇਂ ਸਕੂਲਾਂ ਦੇ ਵਿੱਚ ਵੀ ਇਹ ਸਿਰਫ ਨਾਮ ਤਬਦੀਲੀ ਤੱਕ ਸੀਮਤ ਹੁੰਦੇ ਨੇ ਆ ਹੁਣ ਵੀ ਨਾਮ ਤਬਦੀਲ ਕਰਤੇ ਜੀ ਸਕੂਲਾਂ ਦੇ ਨਾਂ ਸੀ ਉਸ ਤਰ੍ਹਾਂ ਪਰ ਉਸ ਪਾਸੇ ਵੱਲ ਕੰਮ ਨਹੀਂ ਕੀਤਾ ਜਾਂਦਾ ਜਿਹਦੇ ਲਈ ਲੋਕ ਥੋੜਾ ਜਿਹਾ ਕਹਿਣ ਕਿ ਹਾਂ ਸਾਨੂੰ ਸਿਹਤ ਪੱਖੋਂ ਸਾਨੂੰ ਸਹੂਲਤਾਂ ਮਿਲ ਗਈਆਂ ਜਾਂ ਸਾਨੂੰ ਸਕੂਲੀ ਸਿੱਖਿਆ ਪੱਖੋਂ ਸਾਡੇ ਬੱਚਿਆਂ ਨੂੰ ਸਾਰਾ ਕੁਝ ਪ੍ਰਾਈਵੇਟਾਈਜੇਸ਼ਨ ਵੱਲ ਧੱਕੀ ਜਾਂਦੇ ਨੇ ਦੇਖੋ ਦੋ ਗੱਲਾਂ ਬਹੁਤ ਸਾਰੇ ਸੂਬਿਆਂ ਦਾ ਕੰਪੈਰੀਸ਼ਨ ਹੋਇਆ ਜਿੱਥੇ ਜਿਵੇਂ ਸਾਡੇ ਮਾਈਨਿੰਗ ਦੀ ਕੋਈ ਪਾਲਿਸੀ ਫਾਰ ਐਗਜ਼ਾਮਪਲ ਨਹੀਂ ਹੈ ਤਾਂ ਕਿਹਾ ਜਾਂਦਾ ਹੈ ਕਿ ਜੇ ਮਾਈਨਿੰਗ ਦੀ ਅਸੀਂ ਪ੍ਰੋਪਰ ਪਾਲਿਸੀ ਲੈ ਕੇ ਆਈਏ ਇੰਨੇ ਹਜ਼ਾਰ ਕਰੋੜ ਦਾ ਫਾਇਦਾ ਹੋ ਸਕਦਾ ਹੈ ਸਾਡੇ ਕੋਲ ਜਿਹੜੀ ਸਾਡੀ ਲੀਕਰ ਦੀ ਕੋਈ ਪਾਲਿਸੀ ਨਹੀਂ ਹੈ ਐਕਸਾਈਜ਼ ਦੀ ਪਾਲਿਸੀ ਪ੍ਰੋਪਰ ਨਹੀਂ ਹੈ ਜੇ ਅਸੀਂ ਉਹ ਪਾਲਿਸੀ ਲੈ ਕੇ ਆਈਏ ਤਾਂ ਇੰਨਾ ਫਾਇਦਾ ਹੋ ਸਕਦਾ ਹੈ ਇਸੇ ਤਰੀਕੇ ਨਾਲ ਸਾਡੇ ਕੋਲੇ ਸਾਨੂੰ ਇਹ ਇੰਟਰੋਸਪੈਕਸ਼ਨ ਕਰਨੀ ਪਊਗੀ ਕਿ ਕਿਹੜਾ ਸੈਕਟਰ ਹੈ ਜਿਹੜਾ ਸਾਨੂੰ ਗਰੋਥ ਵੱਲ ਲਿਜਾ ਸਕਦਾ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੇ ਕੰਪਰੋਮਾਈਜ਼ ਕਰਨਾ ਪਊਗਾ ਬਹੁਤ ਸਾਰੀਆਂ ਚੀਜ਼ਾਂ ਦੀ ਪਬਲਿਕ ਦੀ ਡਿਮਾਂਡ ਨਹੀਂ ਹੈ ਉਹਨਾਂ ਨੂੰ ਧੱਕੇ ਨਾਲ ਸਿਰਫ ਵੋਟਾਂ ਲੈਣ ਲਈ ਦੇ ਰਹੇ ਆ ਅਸੀਂ ਕਦੇ ਸਾਈਕਲ ਦੇ ਦਿੰਨੇ ਆ ਕਦੇ ਅਸੀਂ smartphones ਦੇ ਦਿੰਨੇ ਆ ਕਦੇ ਮੁਫਤ ਆਟਾ ਦਾਲ ਦੇ ਦਿੰਨੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਾਂ ਲੋਕ ਆਪੇ ਹੀ ਖਰੀਦ ਲੈਣਗੇ ਤੁਸੀਂ ਇਹੋ ਜਿਹਾ ਇਨਫਰਾਸਟ੍ਰਕਚਰ ਤਿਆਰ ਕਰੋ ਕਿ ਉਹਨਾਂ ਨੂੰ এমਪਲੋਇਮੈਂਟ ਮਿਲੇ ਜਦੋਂ ਕਿਸੇ ਕੋਲੇ এমਪਲੋਇਮੈਂਟ ਹੋਊਗੀ ਉਹਨੂੰ ਮੰਥਲੀ ਤਨਖਾਹ ਆਊਗੀ ਉਹ ਆਟਾ ਤੇ ਦਾਲ ਵੀ ਖਰੀਦ ਲੂਗਾ ਉਹ ਬਾਈਸਾਈਕਲ ਵੀ ਖਰੀਦ ਲੂਗਾ ਉਹ ਮੋਬਾਈਲ ਵੀ ਖਰੀਦ ਲੂਗਾ ਪਰੰਤੂ ਸਾਡੇ ਕੀ ਹੈ ਕਿ ਇਹ ਕਹਿੰਦੇ ਆ ਕਿ ਭਾਈ ਨੌਕਰੀ ਬਾਦ ਦੀ ਗੱਲ ਹੈ ਦੂਰ ਦੀ ਗੱਲ ਹੈ ਜਾਂ ਦਿੱਤੀ ਨਹੀਂ ਜਾ ਸਕਦੀ ਇਹਦੀ ਬਜਾਏ ਤੁਸੀਂ ਉਸ ਨੂੰ ਸ਼ਾਰਟ ਟਰਮ ਗੈਨ ਦੇ ਦਿਓ ਜਿਵੇਂ ਆਮ ਤੌਰ ਤੇ ਮਸ਼ਹੂਰ ਹੈ ਕਿ ਅਸੀਂ 5 ਸਾਲ ਭੁਗਤਦੇ ਰਹਿਨੇ ਆ ਸਾਡੇ ਬਹੁਤੇ ਬੰਦੇ ਆ ਜਿਹੜੇ ਉਹ ਸ਼ਰਾਬ ਦੀ ਇੱਕ ਬੋਤਲ ਲੈ ਕੇ ਵੋਟ ਪਾਏ ਹੁੰਦੇ ਆ ਤਾਂ ਇਸ ਕਿਸਮ ਦੀਆਂ ਗੱਲਾਂ ਤੇ ਸਾਨੂੰ ਇਨਟਰੋਸਪੈਕਸ਼ਨ ਸਰਕਾਰ ਨੂੰ ਵੀ ਕਰਨੀ ਪਊਗੀ ਕਿ ਉਹ ਕਿਸ ਕਿਸਮ ਦਾ ਏਜੰਡਾ ਲੈ ਕੇ ਆਉਣ ਸਰਕਾਰ ਏਜੰਡਾ ਉਹਦਾਂ ਦਾ ਹੀ ਫਿਕਸ ਕਰਦੀ ਹੈ ਜਿੱਦਾਂ ਦੀ ਲੋਕਾਂ ਵੱਲੋਂ ਡਿਮਾਂਡ ਆਉਂਦੀ ਹੈ ਕੀ ਸਾਡੇ ਮੈਂ ਇਸੇ ਸਵਾਲ ਤੇ ਆਉਣਾ ਸੀ ਕਿ ਇਹਦੇ ਵਿੱਚ ਫਿਰ ਲੋਕ ਕਸੂਰਬਾਰ ਨੇ ਨਾ ਜਦੋਂ ਲੋਕਾਂ ਨੇ ਕੁਝ ਮੰਗਿਆ ਹੀ ਨਹੀਂ ਲੋਕਾਂ ਨੇ ਮੰਗਿਆ ਹੀ ਨਹੀਂ ਕਿ ਸਾਨੂੰ ਆਹ ਸਹੂਲਤਾਂ ਦਿਓ ਲੋਕਾਂ ਨੇ ਜੇ ਆਪਾਂ ਤੁਸੀਂ ਜਿਵੇਂ ਗੱਲ ਕੀਤੀ ਕਿ ਦਾਰੂ ਤੱਕ ਸੀਮਤ ਰਹਿ ਗਏ ਜਾਂ ਮੁਫਤ ਖੁਰੀ ਤੱਕ ਸੀਮਤ ਰਹਿ ਗਏ ਹੋਰ ਕੁਝ ਮੰਗੇ ਨਹੀਂ ਜੇ ਮੰਗ ਲੈਣ ਤਾਂ ਸਰਕਾਰਾਂ ਦਾ ਆਪਣੇ ਆਪ ਦੇਣ ਗਿਆ ਫਿਰ ਹਾਂ ਇਹ ਗੱਲ ਤੁਹਾਡੇ ਨਾਲ ਵੀ ਲਿਆ ਜਾ ਸਕਦਾ ਬਿਲਕੁਲ ਬਿਲਕੁਲ ਲੋਕ ਮੰਗ ਰਹੇ ਐ ਐਸੀ ਗੱਲ ਨਹੀਂ ਮੰਗਦੇ ਨੇ ਤੁਸੀਂ ਹਰ ਰੋਜ਼ ਖਬਰਾਂ ਦੇ ਵਿੱਚ ਦੇਖਦੇ ਹੋ ਕਿ ਜਿਹੜੇ ਨੌਜਵਾਨ ਐ ਉਹ ਰੋਜ਼ ਨੌਕਰੀ ਮੰਗ ਰਹੇ ਐ ਕਿਸਾਨ ਐ ਜਿਹੜੇ ਬਾਰਡਰ ਤੇ ਬੈਠੇ ਮੰਗ ਰਹੇ ਐ ਕਿ ਸਾਡੇ ਤੇ ਕਾਨੂੰਨ ਨਾਲ ਤੋਪੋ ਸਾਨੂੰ ਐਮਐਸਪੀ ਦਿਓ ਉਹ ਕੇਂਦਰ ਦੀ ਸਰਕਾਰ ਤੋਂ ਮੰਗ ਰਹੇ ਐ ਰਾਜ ਸਰਕਾਰ ਤੋਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਸਹੂਲਤਾਂ ਮੰਗੀਆਂ ਜਾ ਰਹੀਆਂ ਨੇ ਲੋਕ ਮੰਗ ਰਹੇ ਐ ਕਿ ਜਿਹੜੀ ਮਾਈਨਿੰਗ ਦੀ ਪਾਲਿਸੀ ਐ ਇਹਨੂੰ ਇੰਪਰੂਵ ਕਰੋ ਸਾਡੀ ਆਟੇ ਨਾਲੋਂ ਮਹਿੰਗਾ ਜਿਹੜਾ ਰੇਤਾ ਵੇਚ ਕੇ ਛੇਲ ਨਾ ਲਾਹੋ ਪਰ ਸਰਕਾਰ ਨੂੰ ਆਪਣੀ ਵੋਟ ਨਹੀਂ ਨਾ ਉਹਨਾਂ 'ਚ ਨਜ਼ਰ ਆਉਂਦੀ ਸਰਕਾਰ ਨੂੰ ਵੋਟ ਆਉਂਦੀ ਐ ਨਿਚਲੇ ਤਬਕੇ 'ਚ ਨਜ਼ਰ ਕਿ ਉਹਨਾਂ ਨੂੰ ਬਸ ਤੁਸੀਂ ਹਾਈਜੈਕ ਕਰ ਲਓ ਬਸ ਉਹਨਾਂ ਨੂੰ ਸਹੂਲਤਾਂ ਦੇ ਦਿਓ ਦੇਖੋ ਗੱਲ ਇਹ ਐ ਕਿ ਮੈਨੂੰ ਲੱਗਦਾ ਐ ਕਿ ਹੁਣ ਇਹ ਚੀਜ਼ਾਂ ਕੇਂਦਰ 'ਚ ਆਉਣਗੀਆਂ ਤੁਸੀਂ ਖੁਦ ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਪਾਰਟੀ ਦੇ ਨੇਤ ਜਿਹੜੇ ਉਹ ਲਗਾਤਾਰ ਫੋਕਸ ਕਰ ਰਹੇ ਹੈ ਜਿਹੜਾ মিডিਏ ਵਾਲਾ ਕੰਮ ਹੈ ਉਹ ਇੱਕ ਰਾਜਨੀਤਿਕ ਦਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇੱਥੇ ਮਾਈਨਿੰਗ ਹੋ ਰਹੀ ਹੈ ਇੱਥੋਂ ਰੇਤਾ ਚੱਕਿਆ ਜਾ ਰਿਹਾ ਹੈ ਇੱਥੇ ਜਿਹੜੀਆਂ ਇੰਟਰਲੋਕਿੰਗ ਟੈਲਾਂ ਸ਼ਹਿਰ ਦੇ ਵਿੱਚ ਲੱਗ ਰਹੀਆਂ ਉਹਨਾਂ ਦੀ ਕੁਆਲਿਟੀ ਬਿਹਤਰ ਨਹੀਂ ਹੈ ਉਹ ਕਿਉਂ ਕਰ ਰਹੇ ਹੈ ਉਹ ਇਸ ਕਰਕੇ ਕਰ ਰਹੇ ਹੈ ਕਿ ਸ਼ਾਇਦ ਲੋਕਾਂ ਦਾ ਹੁਣ ਬਹੁਤ ਸਾਰੇ মিডিਆ ਹਾਊਸ ਇਹੋ ਜਿਹੀ ਬਣ ਗਿਆ ਜਾਂ ਆਪਾਂ ਇਹ ਕਹਿ ਦਈਏ ਕਿ ਉਹਨਾਂ ਦੀ ਜਫੀ ਹੈ ਜਿਹੜੀ ਰਾਜਨੀਤਿਕ ਦਲਾਂ ਨਾਲ ਇੰਨੀ ਨੇੜਿਓਂ ਪੈ ਗਈ ਹੈ ਉਹਨਾਂ ਨੂੰ ਲੱਗਦਾ ਕਿ ਜੇ ਉਹ ਮੁੱਦੇ ਨਹੀਂ ਚੁੱਕ ਰਹੇ ਤਾਂ ਅਸੀਂ ਪਬਲਿਕ ਦੇ ਮੁੱਦੇ ਆਪਣੇ ਤਰੀਕੇ ਨਾਲ ਅੱਗੇ ਲਿਆਉਣ ਦੀ ਕੋਸ਼ਿਸ਼ ਕਰੀਏ ਤਾਂ ਦਰਤੇ ਆਪਾਂ ਕਹਿ ਸਕਦੇ ਹਾਂ ਕਈ ਵਾਰੀ ਇਦਾਂ ਵੀ ਹੁੰਦਾ ਨਾ ਕਿ ਆਪਣੀ ਕੁਰਸੀ ਬਚਾਉਣ ਦੇ ਲਈ ਲੋਕਾਂ ਦੇ ਵਿੱਚ ਪਛਾਣ ਬਣਾ ਲਈ ਜਾਵੇ ਕਿ ਅਸੀਂ ਖੱਡਾ ਪੜਦਿਆਂ ਲੋਕ ਕਹਿੰਦੇ ਨੇ ਕਿ ਖੱਡਾ ਅੱਜ ਦੀਆਂ ਥੋੜੀ ਨਾ ਬਣੀ ਹੈ ਅੱਜ ਦੀ ਮਾਈਨਿੰਗ ਨਹੀਂ ਹੁੰਦੀ ਹੈ ਤਾਂ ਪਿਛਲੇ ਕਾਫੀ ਸਮੇਂ ਤੋਂ ਹੋ ਰਹੀ ਹੈ ਦੇਖੋ ਤੁਹਾਡੀ ਗੱਲ ਬਿਲਕੁਲ درست ਹੈ ਚੋਰ ਉਹ ਹੁੰਦਾ ਕਹਿੰਦੇ ਜਿਹਨੂੰ ਮੋਰਚੇ 'ਚ ਫੜ ਲਿਆ ਇਸ ਕਰਕੇ ਰਾਜਨੀਤਿਕ ਪਾਰਟੀ ਜਿਹੜੀ ਆਪਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹ ਸ਼ਾਇਦ ਆਪਣੀ ਕੁਰਸੀ ਬਚਾਉਣ ਲਈ ਜਾਂ ਕੁਰਸੀ ਹਥਿਆਉਣ ਲਈ ਇਹ ਕੰਮ ਕਰ ਰਿਹਾ ਹੈ ਰਾਜਨੀਤਿਕ ਪਾਰਟੀ ਦਾ ਤਾਂ ਗੋਲ ਹੀ ਇੱਕ ਹੁੰਦਾ ਜਿਵੇਂ ਵਿਦਿਆਰਥੀ ਦਾ ਗੋਲ ਹੁੰਦਾ ਕਿ ਉਹਨੇ ਪੜ੍ਹਨਾ ਹੈ ਕੰਪੀਟੀਸ਼ਨ ਦੀ ਤਿਆਰੀ ਕਰਨੀ ਹੈ ਪੇਪਰ ਦੇਣੇ ਹੈ ਤੇ ਉਹਨੇ ਅਫਸਰ ਬਣਨਾ ਹੈ ਇਹ ਉਹਦਾ ਗੋਲ ਹੈ ਰਾਜਨੀਤਿਕ ਪਾਰਟੀ ਦਾ ਗੋਲ ਇਹ ਹੁੰਦਾ ਹੈ ਕਿ ਉਹਨੇ ਅਗਲੇ ਸਾਲ ਅਗਲੀਆਂ ਚੋਣਾਂ ਦੇ ਵਿੱਚ ਰਾਜ ਸਤਾ ਹਾਸਲ ਕਰਨੀ ਹੈ ਉਹਦੇ ਲਈ ਉਸ ਨੂੰ ਜਿਹੜੀ ਮਰਜ਼ੀ ਪਾਲਿਸੀ ਜਿਸ ਕਿਸਮ ਦਾ ਮਰਜੀ ਲੋਕ ਲਭਾਣਾ ਨਾਰਾ ਜਿਸ ਕਿਸਮ ਦਾ ਮਰਜੀ ਵਾਦਾ ਦੇਣਾ ਪਵੇ ਉਹ ਤਾਂ ਉਸ ਨੂੰ ਵੇਚਣ ਗਿਆ ਇਹ ਅੱਗੇ ਲੋਕਾਂ ਤੇ ਮਤਸਰ ਕਰਦਾ ਹੈ ਕਿ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਸਮਝਣਾ ਹੈ ਉਹ ਕਿੰਨੇ ਐਜੂਕੇਟਡ ਹੈ ਉਹ ਕਿਹੜੀ ਗੱਲ ਨੂੰ ਕਿਸ ਪ੍ਰਿਜ਼ਮ ਦੇ ਵਿੱਚੋਂ ਦੇਖ ਰਿਹਾ ਹੈ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਕਿੰਨੀਕ ਠੀਕ ਹੈ ਜਬ ਬਾਕੀ ਸਾਰੇ ਮੁੱਦਿਆਂ ਨੂੰ ਕਿਸ ਰੂਪ ਦੇ ਵਿੱਚ ਦੇਖ ਰਹੀ ਹੈ ਉਹਨਾਂ ਨੂੰ ਇਹ ਗੱਲ ਸਮਝਣ ਲਈ ਤਿਆਰ ਹੋਣਾ ਪਊਗਾ ਕਿ ਕਿਹੜੀ ਗੱਲ ਠੀਕ ਹੈ ਕਿਹੜੀ ਗੱਲ ਗਲਤ ਹੈ ਜਦੋਂ ਬਹੁਤ ਵਾਰੀ ਕਿਹਾ ਜਾਂਦਾ ਹੈ ਪਹਿਲਾਂ ਕਿਹਾ ਜਾਂਦਾ ਸੀ ਕਿ ਤੁਸੀਂ ਝੋਣਨਾ ਜਿਹੜਾ ਆਪਣਾ ਉਹ 15 ਦਿਨ ਲੇਟ ਲਗਾਓ ਥੋੜਾ ਲੋਕਾਂ ਦੇ ਵਿੱਚ ਰিজੈਂਟਮੈਂਟ ਹੋਈ ਕਿ ਬੜੀ ਮੁਸ਼ਕਲ ਵਾਲੀ ਗੱਲ ਹੈ ਸਾਡਾ ਝੋਨਾ ਖਰਾਬ ਹੋਊਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਨਾਲ ਬਹੁਤ ਸਾਰੀਆਂ ਸਾਡੀਆਂ ਸਮੱਸਿਆਵਾਂ ਆ ਜਿਹੜੀਆਂ ਸਰਕਾਰ ਦੀਆਂ ਔਰ ਲੋਕਾਂ ਦੀਆਂ ਉਹਨੂੰ ਥੋੜੀ ਰਾਹਤ ਮਿਲੂਗੀ ਤਾਂ ਲੋਕਾਂ ਨੇ ਵੀ ਉਹ ਗੱਲ ਸਿੱਖ ਲਈ ਤੁਸੀਂ ਦੇਖਦੇ ਜਾਓ ਕਿ ਜਿਸ ਕਿਸਮ ਦੀ ਅਵੇਅਰਨੈਸ ਸੋਸ਼ਲ ਮੀਡੀਆ 'ᱨahin ਜਿਸ ਕਿਸਮ ਦੀ ਅਵੇਅਰਨੈਸ ਟੈਲੀਵਿਜ਼ਨ ਚੱਲਣਾ 'ᱨahin ਜਿਸ ਕਿਸਮ ਦੀ ਅਵੇਅਰਨੈਸ ਸਾਡੇ ਅਖਬਾਰਾਂ ਪੱਤਰਕਾਰਾਂ 'ᱨahin ਅੱਜ ਸਮਾਜ ਦੇ ਵਿੱਚ ਜਾ ਰਹੀ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਕੁਝ ਵੀ ਲੁਕਿਆ ਨਹੀਂ ਹੋਇਆ ਪੈਰਲਲ ਵੀਡੀਓ ਕੱਢ ਕੇ ਲੋਕ ਪਾ ਰਹੇ ਆ ਕਿ ਜਦੋਂ ਏ ਪਾਰਟੀ ਦੀ ਸਰਕਾਰ ਸੀ ਇਹ ਮੁੱਦੇ ਉਦੋਂ ਤੋਂ ਚੱਲ ਰਹੇ ਐ ਬੀ ਪਾਰਟੀ ਦੀ ਸਰਕਾਰ ਨਾਲ ਕੁਝ ਨਹੀਂ ਬਦਲਿਆ ਇਸ ਕਰਕੇ ਜਿਹੜੇ ਏ ਤੇ ਬੀ ਪਾਰਟੀਆਂ ਦੋਨੇ ਬਰਾਬਰ ਐ ਜੇ ਅਸੀਂ ਸੀ ਪਾਰਟੀ ਨੂੰ ਲੈ ਆਵਾਂਗੇ ਉਹਦੇ ਨਾਲ ਕੀ ਫਾਇਦਾ ਜਾਂ ਨੁਕਸਾਨ ਹੋਊਗਾ ਇਸ ਕਰਕੇ ਜਦੋਂ ਅਸੀਂ ਇਸ ਸੀਕੁਐਂਸ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਜੇ ਕਿਸਾਨ ਇਕੱਠੇ ਹੋ ਕੇ ਅੱਜ ਬਾਰਡਰ ਤੇ ਬੈਠੇ ਐ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਜਿਹੜੇ ਸਾਡੇ ਬਹੁਤ ਸਾਰੇ ਮੀਡੀਆ ਵਾਲੇ ਬੰਦੇ ਐ ਸੋਸ਼ਲ ਮੀਡੀਆ ਐ ਉਹਨਾਂ ਰਾਹੀਂ ਨਿੱਜੀ ਤੌਰ ਤੇ ਫਲਾਈ ਹੋਈ ਚੇਤਨਾ ਕੰਮ ਕਰ ਰਹੀ ਐ ਮੈਂ ਦੇਖ ਰਿਹਾ ਸੀ ਇੱਕ ਪਿੰਡ ਦੇ ਵਿੱਚ ਕੋਈ ਜਿਹੜੇ ਅੱਗੇ ਵੋਟਾਂ ਦੇ ਨੇੜੇ ਵੱਡੇ ਵੱਡੇ ਉੱਥੇ ਨਹੀਂ ਪੱਥਰ ਰੱਖੇ ਜਾਂਦੇ ਆ ਜਿਹੜੀਆਂ ਕੁਛ ਇਸਤਰੀਆਂ ਇਕੱਠੀਆਂ ਹੋ ਕੇ ਇੱਕ ਨਹੀਂ ਪੱਥਰ ਗਰਾ ਰਹੀਆਂ ਸੀ ਉਹ ਗਰਾਉਂਡ ਦੇ ਪਿੱਛੇ ਭਾਵਨਾ ਇਹ ਹੀ ਹੈ ਕਿ ਅਸੀਂ ਤੁਹਾਡੇ ਲਾਰੇ ਆ ਜਿਹੜੇ ਇਹਨਾਂ ਨੂੰ ਹੋਰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹੈ ਹੁਣ ਪਿੰਡਾਂ ਦੇ ਵਿੱਚ ਕਾਲੇ ਝੰਡੇ ਦਿਖਾਏ ਜਾਂਦੇ ਆ ਨੇਤਾਵਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਉਹਨਾਂ ਦਾ ਨਿਕਲਣਾ ਮੁਸ਼ਕਲ ਕੀਤਾ ਜਾ ਰਿਹਾ ਹੈ ਅੱਜ ਤੋਂ 20 ਸਾਲ ਪਹਿਲਾਂ ਇਸ ਕਿਸਮ ਦੇ ਹਾਲਾਤ ਨਹੀਂ ਸੀ ਉਦੋਂ ਜਦੋਂ ਨੇਤਾ ਆਉਂਦਾ ਸੀ ਉਹ ਦੀ ਬਕਾਇਦਾ ਰੂਪ ਚ ਲੋਕ ਬੈਠ ਕੇ ਉਹਨਾਂ ਸੁਣਦੇ ਸੀ ਅੱਜ ਸਮੱਸਿਆ ਉਹਨਾਂ ਨੂੰ ਘਰੋਂ ਬਾਹਰ ਨਿਕਲ ਕੇ ਚੋਰੀਆਂ ਜਾਣ ਦੀ ਬਣੀ ਪਈ ਹੈ 50% ਤੋਂ ਜ਼ਿਆਦਾ ਨੇਤਾ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੇਤਾ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹਰਿਆਣੇ ਤੇ ਪੰਜਾਬ ਦਾ ਸਾਨੂੰ ਨਿੱਜੀ ਤੌਰ ਤੇ ਪਤਾ ਹੈ ਉੱਥੇ ਜੇ ਜੇਪੀ ਦੇ ਨੇਤਾ ਪਿਛਲੇ ਦਿਨਾਂ ਵਿੱਚ ਬੁਰੀ ਤਰ੍ਹਾਂ ਘੇਰੇ ਗਏ ਪੰਜਾਬ ਦੇ ਵਿੱਚ ਪਹਿਲਾਂ ਕੱਲੀ ਬੀ ਜੇਪੀ ਦੇ ਨੇਤਾ ਸੀ ਜਿਹੜੇ ਉਹਨਾਂ ਨੂੰ ਮੁਸ਼ਕਲ ਆ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਨੇਤਾਵਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਕਾਂਗਰਸ ਦੇ ਨੇਤਾਵਾਂ ਤੋਂ ਬਹੁਤ ਸਾਰੇ ਸਵਾਲ ਪੁੱਛੇ ਗਏ ਹੁਣ ਲੋਕਾਂ ਦੇ ਵਿੱਚ ਚੇਤਨਾ ਜਾਗੀ ਹੋਈ ਹੈ ਲੋਕ ਸਮਝਦੇ ਆ ਕਿ ਠੀਕ ਕੀ ਹੈ ਠੀਕ ਗਲਤ ਕੀ ਹੈ ਪਰ ਕਈ ਵਾਰੀ ਬੰਦਿਆਂ ਨੂੰ ਪਤਾ ਹੁੰਦਾ ਹੈ ਕਿ ਠੀਕ ਤੇ ਗਲਤ ਕੀ ਹੈ ਉਹ ਹਜੇ ਤੱਕ ਇਸ ਸਥਿਤੀ 'ਚ ਨਹੀਂ ਹੁੰਦੇ ਕਿ ਉਹ ਕੋਈ ਨਵਾਂ ਬਦਲ ਆਪਣੇ ਵੱਲੋਂ ਖੜਾ ਕਰ ਦੇਣ ਇਸ ਕਰਕੇ ਅਸੀਂ ਹਲੇ ਰਾਜਨੀਤਿਕ ਤੌਰ ਤੇ ਟਰਾਂਜੀਸ਼ਨ ਫੇਜ਼ 'ਚ ਆ ਸਮਾਂ ਲੱਗੂਗਾ ਕੋਈ ਵੀ ਸਮਾਜ ਕਦੇ ਵੀ ਪਿੱਛੇ ਨੂੰ ਨਹੀਂ ਮੁੜਦਾ ਹੁੰਦਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕੁਝ ਬਿਹਤਰ ਜਿਹੜੀਆਂ ਗੱਲਾਂ ਹੋ ਲੋਕ ਅੱਗੇ ਲੈ ਕੇ ਆਉਣ ਮੰਨਦੇ ਹੋ ਕਿ ਵਿਕਾਸ ਦੇ ਇਸ ਮਾਡਲ ਦੇ ਰਾਹ ਦੇ ਵਿੱਚ ਸਿਆਸਤ ਦਾ ਜਿਹੜਾ ਵਪਾਰੀਕਰਨ ਉਹੜੀਕਾ ਬਣਦਾ ਵੱਡਾ ਦੇਖੋ ਸਿਆਸਤ ਦਾ ਵਪਾਰੀਕਰਨ ਹੈ ਜਿਹੜਾ ਇਹ ਬਿਲਕੁਲ ਦੁਰਸਤ ਹੋਇਆ ਪਿਆ ਅੱਜ ਕੱਲ ਦੁਰਸਤ ਕਿਉਂ ਹੋਇਆ ਪਿਆ ਕਿਉਂਕਿ ਜਿਹੜੀ ਸਾਡੀ ਡੈਮੋਕਰੈਟਿਕ ਫਾਰਮ ਆਫ ਗਵਰਨਮੈਂਟ ਹੈ ਉਸ ਨੂੰ ਅੱਜ ਕੱਲ ਬੈਕ ਤੇ ਬੈਠ ਕੇ ਕੈਪਟਲਿਸਟ ਚਲਾ ਰਿਹਾ ਹੈ ਜਿਹੜੇ ਸਾਡੇ ਪੂੰਜੀਪਤੀ ਘਰਾਣੇ ਆ ਉਹਨਾਂ ਨੇ ਫੰਡਿੰਗ ਵੀ ਕਰਨੀ ਹੈ ਆਪਣੇ ਜਹਾਜ਼ ਵੀ ਦੇਣੇ ਆ ਪ੍ਰਚਾਰ ਦੇ ਸਾਧਨ ਵੀ ਦੇਣੇ ਆ ਤੇ ਉਹਨਾਂ ਨੇ ਬਹੁਤ ਸਾਰੇ ਟੀਵੀ ਚੈਨਲ ਤੇ ਰੇਡੀਓ ਅਖਬਾਰ ਵੀ ਖਰੀਦੇ ਹੋਏ ਆ ਉਹ ਉਹਨਾਂ ਦੇ ਪ੍ਰਚਾਰ ਪ੍ਰਸਾਰ ਤੇ ਧਨ ਨਾਲ ਹਰ ਕਿਸਮ ਦੀ ਸਹਾਇਤਾ ਕਰਦੇ ਆ ਤੇ ਜੇ ਉਹ ਸਹਾਇਤਾ ਕਰਦੇ ਤਾਂ ਕੁਦਰਤੀ ਤੌਰ ਤੇ ਆ ਉਹ ਸੇਤਾ ਲੋਕ ਸੇਵਾ ਲਈ ਤਾਂ ਕਰ ਨਹੀਂ ਰਹੇ ਉਹਨਾਂ ਨੇ ਇਸ ਦੇ ਵਿੱਚੋਂ ਮੁਨਾਫਾ ਕਮਾਉਣਾ ਹੈ ਉਹਨਾਂ ਨੇ ਫਾਇਦੇ ਲੈਣੇ ਆ ਉਹਨਾਂ ਨੇ ਜ਼ਮੀਨਾਂ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨੀ ਹੈ ਸਸਤੇ ਭਾਅ ਤੇ ਉਹਨਾਂ ਨੇ ਬਾਕੀ ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰਨੀ ਹੈ ਉਹਨਾਂ ਨੇ ਗਵਰਨਮੈਂਟ ਤੋਂ ਟੈਕਸ ਦੇ ਰੂਪ ਦੇ ਵਿੱਚ ਲੋਨ ਨੂੰ ਵੇਵ ਆਫ ਕਰਾਉਣ ਦੇ ਰੂਪ ਵਿੱਚ ਬਹੁਤ ਸਾਰੀਆਂ ਸਹੂਲਤਾਂ ਲੈਣੀਆਂ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਜਦੋਂ ਰਾਜਨੀਤਿਕ ਨਿਤਾਵਾਂ ਦੇ ਨਾਲ ਰਲ ਜਾਂਦੀਆਂ ਤਾਂ ਉਹਨਾਂ ਨੂੰ ਇਸ ਇਹ ਪ੍ਰੋਫਿਟ ਮੇਕਿੰਗ ਮਸ਼ੀਨ ਲੱਗਣ ਲੱਗ ਜਾਂਦੀਆਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਡਾਟਾ ਤੁਹਾਡੇ ਸਾਹਮਣੇ ਆ ਪਿਛਲੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਜਿਹੜਾ ਆਪਣੀ ਇਨਕਮ ਭਰੀ ਸੀ ਜੇ ਉਹ 10 ਟਾਈਮਸ ਵੱਧ ਜਾਂਦੀ ਹੈ ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਰਾਜਨੀਤੀ ਨੂੰ ਵਪਾਰ ਦੇ ਤੌਰ ਤੇ ਦੇਖਿਆ ਜਾਂਦਾ ਹੈ ਮੇਰਾ ਆਖਰੀ ਸਵਾਲ ਹੈ ਤੁਸੀਂ ਏ ਬੀ ਦੀ ਗੱਲ ਕਰਦੇ ਸੀ ਕਿ ਏ ਤੇ ਬੀ ਪਾਰਟੀਆਂ ਜੇ ਰੜੀਆਂ ਹੋਣ ਤਾਂ ਲੋਕ ਸੀ ਤੋਂ ਥੋੜੀ ਬਥੀ ਆਸ ਰੱਖਦੇ ਨੇ ਕੀ ਮੰਨ ਲਿਆ ਜਾਏ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੀ ਜਾਂ ਉਸ ਤੋਂ ਅੱਗੇ ਹੋਰ ਵੀ ਡੀ ਈ ਤੱਕ ਜਿੰਨੇ ਵੀ ਬਦਲ ਸਾਰੇ ਸਾਹਮਣੇ ਨਜ਼ਰ ਆ ਰਹੇ ਨੇ ਲੋਕੋਨਾਂ ਨੂੰ ਆਸ ਰੱਖਣ ਕਿ ਉਹ ਵਿਕਾਸ ਦਾ ਕੋਈ ਮਾਡਲ ਲੈ ਕੇ ਆਉਣਗੇ ਜਾਂ ਫਿਰ ਵੋਟਾਂ ਤੱਕ ਕਿਸੇ ਮਤੱਕ ਸਰਕਾਰ ਬਣੀ ਤੇ 5 ਸਾਲ ਲਈ ਰਾਜ ਕੀਤਾ ਦੇਖੋ ਗੱਲ ਇਹ ਹੈ ਕਿ ਲੋਕਾਂ ਕੋਲੇ ਕੀ ਹੈ ਜਦੋਂ ਉਹ ਵੋਟ ਪਾਉਣ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਲੰਬੀ ਲਿਸਟ 12 15 18 ਜਿੰਨੀ ਵੀ ਪੋਸਿਬਿਲਟੀ ਬਣਦੀ ਹੈ ਸਾਡੀ VOTING MACHINE ਦੇ ਉੱਪਰ ਉਹ ਮਿਲ ਜਾਂਦੀ ਹੈ ਉਸ ਦੇ ਵਿੱਚੋਂ ਜਦੋਂ ਦੇਖਦੇ ਆ ਆਮ ਤੌਰ ਤੇ ਬਹੁਤੇ ਲੋਕ ਉਪਰਾਮ ਹੋ ਜਾਂਦੇ ਕਿ ਸਾਰੇ ਇੱਕੋ ਜਿਹੇ ਆ ਅਸੀਂ ਕੀ ਕਰੀਏ ਇਸ ਲਈ ਅੱਜ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਲੋਕ ਕਿਸੇ ਤੇ ਵੀ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਜੇ ਇਸ ਕਿਸਮ ਦੀ ਸਥਿਤੀ ਬਣੀ ਰਹੀ ਤਾਂ ਘੱਟੋ ਘੱਟ ਲੋਕ ਇਹਨਾਂ ਜ਼ਰੂਰ ਸੋਚਣ ਲੱਗ ਜਾਣਗੇ ਕਿ ਅਸੀਂ ਨੇਕ ਇਨਸਾਨ ਨੂੰ ਜਿਸ ਤੇ ਕੋਈ ਕਰਾਪਸ਼ਨ ਦੀ ਚਾਰਜ ਨਹੀਂ ਲੱਗੇ ਹੋਏ ਜਿਹੜੀ ਦੀ ਸ਼ਬੀ ਠੀਕ ਹੈ ਜਿਹਦੇ ਪੁਰਾਣੇ ਸਮੇਂ ਦੇ ਵਿੱਚ ਕੋਈ ਘੁਟਾਲਿਆਂ ਦੇ ਵਿੱਚ ਨਹੀਂ ਜੁੜਿਆ ਹੋਇਆ ਜਿਹਦੇ ਬਾਰੇ ਆਮ ਇਲਾਕੇ ਦੇ ਲੋਕ ਜਿਨ੍ਹਾਂ ਨੇ ਉਹਨੂੰ ਵੋਟ ਪਾਣੀ ਹੈ ਉਹ ਘੱਟੋ ਘੱਟ ਇੰਨਾ ਕੁ ਜ਼ਰੂਰ ਸਮਝੇ ਜਿਕੇ ਸਾਫ ਸ਼ਬੀ ਵਾਲਾ ਬੰਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਕਿਸਮ ਨਾਲ ਲੋਕ ਕੁਛ ਨਾ ਕੁਛ ਜ਼ਰੂਰ ਕਰਨਗੇ ਜ਼ਰੂਰ ਤਬਦੀਲੀ ਆਉਗੀ ਤੇ ਮੈਂ ਆਸਵੰਦ ਹੈ ਨਿਰਾਸ਼ਾਵਾਦੀ ਨਹੀਂ ਹੈ ਜੇ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਸਾਡਾ ਦੇਸ਼ ਇੱਥੇ ਪਹੁੰਚ ਗਿਆ ਤਾਂ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਇਸ ਛੋਟੇ ਸੰਕਟ ਚੋਂ ਨਿਕਲ ਕੇ ਨਵਾਂ ਪੰਜਾਬ ਅਸਾਰੂ ਪੰਜਾਬ ਅਗਾਹ ਵੱਧੂ ਪੰਜਾਬ ਪੋਵੇਖ ਦੇ ਵਿੱਚ ਨਾ ਦੇਖ ਸਕੀ ਬਿਲਕੁਲ ਸ਼ੁਕਰੀਆ ਸੰਧੂ ਸਾਹਿਬ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਸਰਦਾਰ ਸਤਨਾਮ ਸਿੰਘ ਸੰਧੂ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਵਿਕਾਸ ਦਾ ਏਜੰਡਾ ਜਿਹੜਾ ਉਹ ਕੀ ਸਿਰਫ ਮੁਫਤ ਖੋਰੀ ਤੱਕ ਸੀਮਤ ਹੈ ਜਾਂ ਕਿਸ ਤਰ੍ਹਾਂ ਦਾ ਏਜੰਡਾ ਹੋਣਾ ਚਾਹੀਦਾ ਲੋਕਾਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ 2022 ਦੀਆਂ ਇਲੈਕਸ਼ਨ ਆ ਰਹੀਆਂ ਨੇ ਵੋਟ ਪਾਉਣੀ ਹੈ ਹੁਣ ਲੋਕ ਵੀ ਇਹ ਸੋਚਦੇ ਨੇ ਕਿ ਆਖਿਰਕਾਰ ਜੇ ਅਸੀਂ ਉਮੀਦਵਾਰ ਦੀ ਚੋਣ ਕਰਨੀ ਹੈ ਕਿ ਕੀ ਵਾਕਈ ਰਾਜਨੀਤਿਕ ਪਾਰਟੀਆਂ ਇੱਕ ਸਾਫ਼ ਸੁਥਰੀ ਛਵੀ ਵਾਲੇ ਉਮੀਦਵਾਰ ਨੂੰ ਅੱਗੇ ਲੈ ਕੇ ਆਉਣ ਗਿਆ ਇਹ ਵੀ ਇੱਕ ਵੱਡਾ ਸਵਾਲ ਹੁੰਦਾ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਲੋਕ ਰਾਨਾ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ